ਖੁਦਾ ਫਰਮਾਇਸ਼ ਅੱਜ ਦੀ ਮਜਲਿਸ ਦੀ ਰਿਕਾਰਡਿੰਗ ਇਸ ਇਲਾਕੇ ਦੀ ਤਮਾਮ ਸੀਡੀ ਰਿਕਾਰਡਿੰਗ ਔਰ ਪੰਜਾਬ ਭਰ ਦੀ ਮਜਾਲਿਸ ਦੀ ਰਿਕਾਰਡਿੰਗ ਆਲੇ ਮੁਹੰਮਦ ਸੀਡੀ ਸੈਂਟਰ ਗਲੀ ਦਾਰੁਲ ਉਲੂਮ ਮੁਹੰਮਦੀਆ ਬਲਾਕ ਨੰਬਰ 19 ਸਰਗੋਧਾ ਚ ਮਿਲ ਸਕਦੀ ਹੈ। ਸਲਵਾਤ ਬਾਰ ਮੁਹੰਮਦ ਵਾਲੇ ਮੁਹੰਮਦ ਮੇਰੀ ਗੱਲ ਸੁਣਿਆ ਹੈ ਤੇ ਅਗਲੇ ਸਾਲ ਵੱਧ ਮੈਨੂੰ ਜਵਾਬ ਚ ਦੇਵਿਆ ਹੈ। ਬੀਬੀ ਪੁੱਤਰ ਦੇ ਪਾਸੇ ਵੇਖਿਆ ਦੀ ਰਈਸ ਦਾ ਰਹਿਣ ਦਾ ਪੁੱਤਰ ਹਾਵੇਂ ਤੈਕੂ ਪਿਓ ਤੂੰ ਮੰਗ ਕੇ ਚਾਇਮ ਭਾਈ ਸਾਜਦ ਹੁਸੈਨ ਬਾਬਾ ਸਾਈ ਰਈਸ ਦਾ ਰਹਿਣ ਦਾ ਪੁੱਤਰ ਹਾਵੇਂ ਤੈਕੂ ਪਿਓ ਤੂੰ ਮੰਗ ਕੇ ਚਾਇਮ ਬੀਬੀ ਆਦੀ ਮੈਂ ਵਿਰਸਾਦਾਰ ਬਤੂਲ ਦੀ ਹਮ ਤੇਰੀ ਬਾਨੀ ਆਣ ਸਦਾਇਮ ਬੀਬੀ ਆਦੀ ਤੇਰੇ ਲੱਥੇ ਹੋਏ ਬਦਨ ਦੇ ਕੱਪੜੇ ਵੇ ਅਕਬਰ ਮੈਂ ਪੁੱਤਰਾਂ ਤੋਂ ਹਡਵਾਇਓ ਤੇਰੇ ਪਾਲਣ ਦਾ ਇਹ ਹੱਕ ਮਿਲਿਆ ਤੇਰੇ ਸ਼ਹਿਰੇ ਚ ਜ਼ੇਵਰ ਪਾਇਓ ਬਰਾਦਰਾਂ ਨੇ ਇਸਲਾਮ ਮਿਲਤ ਜਾਫਰੀਆ ਹਰਫੇ ਆਖਰ ਕੀ ਹਸੀਅਤ ਸੇ ਦੁਆਏ ਆਖਰ ਕੀ ਹਸੀਅਤ ਸੇ ਅਬ ਆਪਕੇ ਸਾਹਮਨੇ ਸ਼ਹਿਨਸ਼ਾਹ ਕਾਰੀ ਉਲ ਕਸਾਇਦ ਜਨਾਬ ਸੀਦ ਮੁਸ਼ਤਾਕ ਹੁਸੈਨ ਸ਼ਾਹ ਸ਼ਹਬਾਜ਼ ਪਾਕਿਸਤਾਨ ਮਲਕ ਸਾਜਦ ਹੁਸੈਨ ਸਾਜਦ ਆਫ ਰੁਕਨ ਇਹ ਦੋਨੋਂ ਜ਼ਾਕਰੀਨ ਜੋ ਹੈ ਸ਼ਹਿਜ਼ਾਦਾ ਅਲੀ ਅਕਬਰ ਹਮ ਸ਼ਕਲ ਪੈਗੰਬਰ ਕੀ ਸ਼ਹਾਦਤ ਜੋ ਹੈ ਵੋ ਬਿਆਨ ਫਰਮਾਏਂਗੇ। ਅਕਬਰ ਨੇ ਜਵਾਨੀ ਕੋ ਯੂੰ ਕੁਰਬਾਨ ਕੀਆ ਹੈ ਯਸਰਬ ਕੋ ਤਬਾਹ ਰਨ ਕੋ ਆਬਾਦ ਕੀਆ ਹੈ ਇਸ਼ਕੀ ਜੋ ਲਗੀ ਅਜਲ ਕੀ ਅਕਬਰ ਨੇ ਕਹਾ ਸ਼ਾਇਦ ਮੇਰੀ ਸੁਗਰਾ ਨੇ ਮੁਝੇ ਯਾਦ ਕੀਆ ਹੈ। ਬਰਾਦਰਾਂ ਇਸਲਾਮ ਮਿਲਤ ਜਾਫਰੀਆ ਅਬ ਆਪਕੇ ਸਾਹਮਨੇ ਕਾਰੀ ਉਲ ਕਸਾਇਦ ਜਨਾਬ ਸੈਯਦ ਮੁਸ਼ਤਾਕ ਹੁਸੈਨ ਸ਼ਾਹ ਸ਼ਹਬਾਜ਼ ਪਾਕਿਸਤਾਨ ਜਨਾਬ ਮਲਕ ਸਾਜਦ ਹੁਸੈਨ ਸਾਜਦ ਆਫ ਰੁਕਨ ਖੋਲਿਆ ਸਾਈ ਆਪ ਤਮਾਮ ਹਜ਼ਰਾਤ ਸੇ ਗੁਜ਼ਾਰਿਸ਼ ਹੈ ਹੈਲੋ ਚਲਾਓ ਹੈਲੋ ਹਾਂਜੀ ਤੋ ਮੇਰਾ ਮੋਹਤਰਮ ਆਖਰੀ ਪੁਰਸਾ ਹੈ ਆਖਰੀ ਮੁਕਾਨ ਹੈ ਇੱਕ ਸੈਯਦਜ਼ਾਦਾ ਹੈ ਇੱਕ ਬੀਬੀ ਪਾਕ ਕਾ ਨੌਕਰ ਹੈ ਪੁਰਸਾ ਦੇਂਗੇ ਆਪ ਪੁਰਸਾ ਉਨਕਾ ਸੁਣੇਂਗੇ ਔਰ ਮੁਕਾਨ ਵੀ ਦੇਂਗੇ ਰੋਏਂਗੇ ਵੀ ਕਿਸ ਲਈ ਅਕਬਰ ਨੇ ਜਵਾਨੀ ਕੋ ਯੂੰ ਕੁਰਬਾਨ ਕੀਆ ਹੈ ਯਸਰਬ ਕੋ ਤਬਾਹ ਰਨ ਕੋ ਆਬਾਦ ਕੀਆ ਹੈ ਹਿਚਕੀ ਜੋ ਲਗੀ ਅਜਲ ਕੀ ਅਕਬਰ ਨੇ ਕਹਾ ਸ਼ਾਇਦ ਮੇਰੀ ਸੁਗਰਾ ਨੇ ਮੁਝੇ ਯਾਦ ਕੀਆ ਮੈਂ ਕਾਇਨਾਤ ਕੁਰਬਾਨ ਕਰਾਂ। ਅਬ ਆਪਕੇ ਸਾਹਮਨੇ ਸੈਯਦ ਉਜ਼ਾਕਰੀਨ ਜਨਾਬ ਸੈਯਦ ਮੁਸ਼ਤਾਕ ਹੁਸੈਨ ਸ਼ਾਹ ਸ਼ਹਬਾਜ਼ ਪਾਕਿਸਤਾਨ ਮਲਕ ਸਾਜਦ ਹੁਸੈਨ ਸਾਜਦ ਆਫ ਰੁਕਨ ਅੱਜ ਅਸਾਂ ਦੋ ਮੁਕਾਣੀ ਹੈ ਅੱਜ ਮੈਂ ਇਕੱਲਾ ਨਹੀਂ ਭਾਈ ਸਾਜਿਦ ਔਰ ਮੈਂ ਅਸਾਂ ਦੋ ਮੁਕਾਣੀ ਹੈ ਮੌਲਾ ਤੁਹਾਨੂੰ ਸਲਾਮਤ ਰੱਖੇ ਇੰਨਾ ਲਿਲਾ ਮੈਂ ਹੁਸੈਨ ਬਾਦਸ਼ਾਹ ਦੇ ਸੋਹਣੇ ਪੁੱਤਰ ਦੇ ਹਿੱਸੇ ਦਾ ਜ਼ਾਕਰਾਂ ਮੈਂ ਸਾਹਿਬ ਸ਼ੁਰੂ ਇੱਥੋਂ ਕਰਦਾ ਕਾਲੂ ਇੰਨਾ ਲਿਲਾ ਹੈ ਕਰੀਮ ਅੱਲਾ ਸ਼ਾਲਾ ਕਹੀਂ ਦਾ ਜਵਾਨ ਨਾ ਮਰੇ ਮੇਰੇ ਸੱਜੇ ਪਾਸੇ ਇਸ ਪਾਸੇ ਅੱਜ ਕੋਈ ਸਾਨੂੰ ਜ਼ਾਕਰੀ ਦਾਵਾ ਨਹੀਂ ਇੱਕ ਬੰਦਾ ਪੜ ਵੀ ਨਹੀਂ ਸਕਦਾ ਸ਼ਹਾਦਤ ਤੁਹਾਨੂੰ ਪਤਾ ਹੈ ਕਿ ਮੈਂ ਸ਼ਹਾਦਤ ਕਦੀ ਮੁਕੰਮਲ ਪੜ੍ਹੀ ਨਹੀਂ ਕੁਝ ਮੈਂ ਪੜ੍ਹਸਾਂ ਕੁਝ ਭਾਈ ਪੜ੍ਹਸੀ ਇੱਕ ਦੂਸਰੇ ਦੇ ਸਹਾਰੇ ਨਾਲ ਅਸਾਂ ਅੱਜ ਇਹ ਡਿਊਟੀ ਅਦਾ ਕਰ ਸਕੇ ਮੌਲਾ ਮੇਰੇ ਭਾਈ ਸਾਜਿਦ ਦੀ ਜ਼ਿੰਦਗੀ ਦਰਾਜ ਫਰਮਾਵੇ
असा दुआ भरावा जो बह के मशवरा किया है ना ऐसा किवें किवें पढ़ना है उस वक्त दा मेरे जिस्म च लर्ज है मेरी ताकत नहीं रही जड़ा असा मशवरा किते कि असा आज पढ़ना किवें तुसा सुनना किवें बर्दाश्त तू कम बहरे जवान मर पवे ना तो फिर भी वारिस शगन कर दे मैं एक जवान का वाकया पढ़ दो ना कि वो जवानी च मर गया अपने पराए रुने दुश्मन रो पे अल्लाह अकबर आखिर गौसल कफन मिलिया जो जनाजा चाह के आखिरी दीदार वास्ते वेड़े चाहे ना सब तो पहले मरण आले दी भेड़ ने आके भेरा दे चेहरे तू कफन हटाया कफन हटा के सेरा छुपाई वदी आई मोए भेरा दे सर ते सेरा बदा ते लोगा दे पासे वेख के दी आई देखो केड़ा सोना पे लगदा है किस्मत में उजड़ी दी पाया जो कोई ने बिस्मिल्लाह जिंदगी आवे आज दी मुकान मेरा भाई आज दी मुकान पता नहीं फिर पढ़ना या नहीं पढ़ना आखिरी समझ के पढ़ने लगे हैं हुसैन बादशाह दे सोने पुत्र दमस है बंदे टकरा मारन लग गए जो भेड़ ने भेरा नुसेरा पाया कह चिट्टी दाड़ी वाले आख्या जनाजा चाहो कोई बिया मर्दा ने जनाजा चैन वेखें तो भेड़ भिरा दे कफन नाल अपने दामन गड्डी खली दे दी आदि मैं पल्लू बनना मेरी आस मुक गई है तुसा आज सानू वक्त थोड़ा दिता है असा पढ़ दे इना दे कुल मोमिन बर्दाश्त नहीं कर सकना इना दस मुहर्रम दी रात अली अकबर दे शगन होए बीबियां दी आस मुक गई है हर नु यकीन हो गया जो कल कुछ बनना ने मां पोशाकां पवाइयां भाई जान अली अकबर नु आखरी पोशाक मां ओ पवाई जे ते सारा कुरान लिखे होया अली अकबर आख्या मां इन कफन हो देन मां क्या कफन समझ के पा फुफिया बनाई हर दमी दी नमाज तो बाद तेरी जियारत भी कर दिए एक एक आयत भी इस कमीज ते लिख दिए आज भी दोवे सैनी लिख गई पर अकबर के लिखा ने अली अकबर देख के लिखा खड़ा कॉल इन लिल्लाह व इन इलैहि राजिऊन दूसरे खेमे चुकू कई मैं अली दी गरीब धीया वड्डी सैन तू छोटी सैन आदि गाना मैं बनसा जनाब उम्मे कलसुम सैन गाना बदा तीसरे खैमे चुकू कई मैं गाजी दी भेणा कमर मैं बनैसा लाहौर दी मलका कमर बधाई वड्डी सैन फरमाया मैं बहु औखा पाले आ तेनु सेरा पुफी जय ना पवाए अल्लाह अकबर सेरा फुफी जैनब पवाए मेरा पढ़ना सौखा है एक वैन करके ना तो फिर मैं इतना शुरू करेगा मेरा भाई मैं वैन शुरू कर दू बिस्मिल्लाह फिर बहुत लंबा मजमून हो वैसे मैं इत्थो पढ़सा मां पोशाका पवाइया एक फुफी गाना बधा एक फुफी कमर बधाई वड्डी फुफी सेरा पवाया जदो अली अकबर सेरा पा खड़े
अल्लाह जो अली अकबर सेरा पा खड़ा सजे खबे दिठा से मेरी सैन फरमेंदन कैनू वेना अकबर अली अकबर आदा पुपी मां दिला आज सोरा ही हो लिया आज मेरी सोरा बेड़ी दे सकीना अली अकबर आदे खेमे च नजर नहीं आई मैं टुरदा टुरदा कनाता अबूर कीतियां अली अकबर आदा मैं सतवी कनात कोल पहुंचया मैं दिठा मेरी छोटी जी भेण मदीने मुंह कीती खड़ी हकल मार के दिए निकली सोरा जल्दी आ भेण नेता दिया में पल्लू मैं बनने आवाज आंदा भिरा सेरा पाई खड़ाई आ पल्लू बन अली अकबर आदे मैं भेण नुचाए हा ना लाए मैं आख्या ओ निखड़ी रह गई मदीने तू तेरा देख अल्लाह अकबर मेरी मासूमा सैन फरमेंदे जे मैं सेरा देखना तो मैनु चेहरे दे करीब कर अली अकबर आदे मैं भेण नु चेहरे दे करीब किते दामी दी धमी नु पियो नु कहानी सुनाई अली अकबर आदे मैं चेहरे दे करीब किते पहला बोसा दे के आदी उस भेण दे हिस्से दा बोसा ही जड़ी टुरदे उठ तू आदी आई तू न रो मेरी अपनी किस्मत लांदी पईया दूसरा बोसा दे के आदी आई मैं गरीब दे हिस्से दा बोसा ही ये गल्ला ही करेंदी रही है अपने दामन नु मेरे दामन नाल गड्डी देंदी रही है मैं एक मंजिल ते पहुंचना है अजान भी खत्म हो जासी मैं इस वास्ते हौसले नाल पे पढ़दा अल्लाह अकबर अली अकबर आदा जदों पल्लू बनना बधाए ना निखड़ी सकीना मैं क्या भेण एक भी करे नहीं है हाथ बन के दी अपने हिस्से दा नहीं ये मदीने वाली भेण दे हिस्से दा पल्लू पे बन दिया बाबा मैं आख्या पल्लू बधावी मांग छोटा जे हाथ वधा के दी दे पल्लू बधावी अली अकबर आदा बाबा मैं मुंदरी लहाई जेब चो रुमाल कढ़िया मैं के एही पल्लू बधावी जदो मदीने वने ना ते मेरी निखड़ी भेण सोरा नु देवे तो उन वाखे आवे जरूर आ जिवे सतवी दा वादा कीतस आवे जरूर आ लेकिन मजबूरी बन गई आई बाबे नु फौजा वेड़ गई है दीन ना बचदा नाराज ना होवे इत्थों तई अली अकबर कहानी सुनाई इमाम फरमेंदन अकबर ए शगन कीते परदेदारा आखिर मैं तेरा बुढ़ड़ा पीऊआ आ तेनु पग हुसैन बनाए मेरे इमाम ने परदेदारा नु सड़िया फरमाया जय मेरे अकबर दी पग वेखड़ी आ देखो बीबियां भजदी आईयां मेरे इमाम ने ए हिस्सा लंबा रखे मैं साहब शुरू पे कर दे ऐसा दो में बिरा ए सैयद कुरान पढ़ दे ए पुत्र नु पग बन दे इत्थु ताई मेरे इमाम ने पग पूरी की ए हिस्सा अरब दा दस्तूर है आखिर ते गोल बलेंदे तुसा बर्दाश्त नहीं कर सकना मैं तुहाडा हौसला खलोता बनाना तुसा हौसला बनाओ तुसा अली अकबर दी शहादत सुननी है अज ते दो अली अकबर दे नौकरा तू शहादत सुननी है अरब दा दस्तूर है आखिर ते गोल बलेंदे इमाम ने गोल नहीं बुलाया ए पकड़ ले ऐसा इमाम ने अली अकबर दी अम्मा दे पास रिठे तो मैं अली अकबर दी माँ कंड कर हुसैन पग पूरी करें दे बीबी आदि मैं नहीं देखनी सैयद आदा जिवे मैं बननी है तू माँ है ते बर्दाश्त नहीं करना मंडी वाले माँ कंड कर गई इमाम फरमाते हैं अली अकबर दी भेणा कंड करो भेणा कंड कर गई सैयद आदा अली अकबर दी फुफिया कंड करो फुफिया कंड कर गई हूँ मेरे को पूछो मुश्ताक हुसैन
नौकर जो है अली अकबर दा दस इमाम पग पूरी की आदा पिया चुम्मी छेकड़ी वारी मस अकबर दी खड़ा पुत्र को पागे बदवावे ओ सेरे दी जाते अकबर दी वो खड़ा तातो लहना के बाबा जड़ा सोरा को घेने आवे आज सोरा होवे आज बिस्मिल्ला बिस्मिल्ला आदा पिया चुम्मी छे गुड़ी वारी मास अकबर दे ओ खड़ा पुत्र को पागे बदवावे आए सेरे दी जाते अकबर दी वो खड़ा ता दुल हनक हनक वाला ये मंजर देख के ओ सैन मासूम खड़ी याद दिवावे तोड़े आज तक को भेज चा बाबा जरा सोरा को घेन पीर मुश्ताक हुसैन शाह पढ़दा पिया नुकरानी दा पुत्र शला दे दी शहादत जुर्रत नहीं मेरे आका ने आके घोड़े दी हाथ रखे पीर मुश्ताक हुसैन शाह शहजादा घोड़े दीन ते चढ़ा है अलामा नकल लिखदे शबीर दा पुत्र नाइट उड़दा पिया पता लगदा पिया ताजा जनाजा शबीर दे घर चो टुटदा पिया इज्जत आले आके बानियां ने चुमिया फुफियां ने चुमिया अलामा फरमेंदे हौसला हौसला हौसले नाल सुन लिया सो हौसले नाल सुन लिया सो अबुल खनूम का दा है पीर मुश्ताक हुसैन शाह जी अबुल खनूम का दा है एक दराज का दी बीबी आई है अकबर घोड़े दी जीन च झुकदा झुकदा फुफी से झुकाया है सात बोसे दिते जा दे अकबर अल्लाह दे हवाले एक और बीबी आई है जड़ी आदी मेनू सीना चुमा ओ सीना चुमे है किसे बीबी हाथ चुमे है किसे बीबी मुंह चुमे है ए अबुल खनूम का दा उस वेले कोलाम बर पाया जड़े वे चार साल दी बेना किया दी मेनू पैर चुमा पैरा दा नाम है चार साल दी हुसैन दी दी अकबर दा पैर चुम किया दी है सुगरा दा बोसे वेर अकबर दा घोड़ा टुड़िया है अकबर दा घोड़ा टुड़िया है कनात दे नाल लग के दो खड़ियां निकियां निकियां शहजादियां रोके आ दियां ना मुंह चुमा ना हाथ चुमा एक वारी वागा चुमा सी तेरे मुस्लिम वकील दिया दिया है अकबर दा घोड़ा टुड़िया है शबीर पिछों टुड़िया है अकबर दा घोड़ा तेज होया है शबीर तेज होया है अकबर दा घोड़ा टिब्बे ते चढ़िया है शबीर नौ वारी झड़िया है अकबर दा घोड़ा जैन टिब्बे ते आया है अगो एक मस्तूर है जड़ी आदि अकबर एक वारी वल के वेख मैं बड़ा औखा पा लिया है अकबर ने डिठा है शबीर दा पुत्र घोड़े दी भाग वला के वला है रोके आदा नाया भेजना चढ़ाया क्यों ही उच्चा रोके आदा चौधरी रहमत उच्चा रूने शबीर रोके आदा आज तू हुसैन होया मैं अकबर हुआ मैं आखा कि मैं जवान पुत्र मौत तो भिजींदे सात वारी वापस आया फिर टुड़िया है टिब्बे ते चढ़िया हुसैन दिदाई सरकार फिजा रोके आदी है जाने ते टुड़ जा मकाम मौत आ गई है अम्मा हुण क्या होया है रो के मेरी सेना दी है मैं पर्दा हटे नहीं मंजर आ वेख ले अकबर ने झोके डिठा हालत केड़ी आई बागिर दा सारा ही सजा दा हाथ आई रो के याद आ पिया मैनू राज के मिलो मैं तेरा बीमार फिर मैनू राज राज के मिल अकबर ले आया है रो के याद तू करबला जा मैं जाना तो शाम जा
ਤਾਲੇ ਹਰ ਬੀਬੀ ਨੂੰ ਫਿਰ ਅਕਬਰ ਮਿਲੇ ਅਕਬਰ ਮੈਦਾਨ ਚ ਆਇਆ ਹੈ ਯਾ ਅਲੀ ਅਕਬਰ ਮੈਦਾਨ ਚ ਆਇਆ ਹੈ ਮੈਮਨਾ ਮੈਸਲਾ ਤੇ ਪਲਟ ਗਿਆ ਹੈ ਮੈਸਲਾ ਮੈਮਨਾ ਤੇ ਪਲਟ ਗਿਆ ਹੈ ਇਹ ਜੰਗ ਲੜਦਾ ਪਿਆ ਕਦੀ ਹੱਥ ਹੱਟ ਕੇ ਹਮਲੇ ਕਰਦਾ ਪਿਆ ਇੱਕ ਫਕੀਰ ਹੈ ਜਿਹੜਾ ਆਦਾ ਮੈਂ ਅਲੀ ਤੇ ਹਮਜ਼ਾ ਦੀਆਂ ਜਾਪ ਜੰਗਾਂ ਡਿੱਠੀਆਂ ਮੈਨੂੰ ਐਡਾ ਸੋਹਣਾ ਲੜਦਾ ਸ਼ਹਿਜ਼ਾਦਾ ਜ਼ਿੰਦਗੀ ਚ ਨਜ਼ਰ ਨਹੀਂ ਆਇਆ ਮੇਰੇ ਕਰੀਬ ਤੋਂ ਲੰਘਿਆ ਤੇ ਮੈਨੂੰ ਇੱਕ ਘੁੱਟ ਪਾਣੀ ਦਾ ਪਿਵਾ ਮੈਂ ਡਾਡਾ ਪਿਆਸਾ ਫਕੀਰਾਂ ਦਾ ਮੈਂ ਪਾਣੀ ਲੈਣ ਵਾਸਤੇ ਭੱਜ ਪਿਆ ਅੱਗੇ ਵਾਪਸ ਆਇਆ ਤੇ ਜੰਗ ਮੁੱਕ ਗਈ ਆਈ ਸ਼ਹਿਜ਼ਾਦਾ ਜ਼ੀਨ ਤੋਂ ਲਹਿ ਗਿਆ ਆਈ ਚਲਣਾ ਕਿ ਸ਼ਹਿਜ਼ਾਦਾ ਜ਼ੀਨ ਤੋਂ ਲਹਿ ਗਿਆ ਆਈ ਜੰਗ ਮੁੱਕ ਗਈ ਆ ਸ਼ਬੀਰ ਟੁਰਿਆ ਇੰਨੇ ਟੁਰਦਾ ਆਂਦਾ ਹੈ ਕਿੱਥੇ ਲੈ ਗਈ ਹੈ ਕਿੱਥੇ ਲੈ ਗਈ ਹੈ ਚਲਣਾ ਕਿ ਕਿੱਥੇ ਲੱਥ ਹੈ ਇੱਕ ਸ਼ਾਮੀ ਸਿਪਾਹੀ ਦੀ ਗਣ ਦੇ ਹੱਥ ਲਾ ਕੇ ਆਂਦਾ ਹੈ ਕਿਸੇ ਡਿੱਠਾ ਹੋਵੇ ਸਜਦ ਅਕਸਾ ਤੋ ਲਹਾਂਦਾ ਇੰਜ ਨਾਈ ਲਹਾਣਾ ਜਿਵੇਂ ਉਮਤ ਲਹਾਇਆ ਮੇਰਾਜ ਤੋਂ ਵਾਪਸ ਆਂਦਾ ਸ਼ਬੀਰ ਟਿੱਬੇ ਤੇ ਚੜਿਆ ਤੇ ਫਕੀਰ ਕਿਆ ਦਾ ਹੈ ਬਿਸਮਿਲਲਾ ਬਿਸਮਿਲਲਾ ਆਵਾਜ਼ ਆਓ ਇਹ ਮੰਜ਼ਰ ਮੇਰੀ ਵਾਸਤੇ ਔਖਾ ਜਿਹੜਾ ਹੁਣ ਮੈਂ ਪੜ੍ਹਨਾ ਇੱਕ ਮੰਜ਼ਰ ਬਣਾ ਪਰਦੇ ਦੇ ਅੰਦਰੋਂ ਸੈਣੀ ਪਰਦੇ ਦੇ ਬਾਹਰੋਂ ਜਨਾਬ ਫਿਜ਼ਾ ਟਿੱਬੇ ਤੇ ਆਕਾ ਹੁਸੈਨ ਅਲੀ ਅਕਬਰ ਮੈਦਾਨ ਚ ਏਡਾ ਹਮਲਾ ਕੀਤਾ ਅਲੀ ਅਕਬਰ ਇਮਾਮ ਟਿੱਬੇ ਤੋਂ ਲਾਂਦਾ ਲਾਂਦਾ ਭੇਡ ਦੇ ਖੇਮੇ ਕੋਲ ਹੈ ਜਿੱਥੇ ਪਰਦੇ ਦੇ ਅੰਦਰੋਂ ਸੈਣੀ ਖੜੀ ਹੈ ਸੈਯਦ ਦੇ ਦਾ ਅਲੀ ਅਕਬਰ ਦਰੇ ਹੈ ਗੱਲਾਂ ਭੇਡ ਦੇ ਨਾਲ ਕਰੇ ਦਰੇ ਸੈਯਦਾ ਦਾ ਲੈਣਾ ਭੇਡ ਨੇ ਦਾਦੀ ਆਵੇ ਬਾਬੇ ਅਲੀ ਦੀ ਜੰਗ ਨਹੀਂ ਦਿੱਤੀ ਜੰਗ ਵੇਖਣੀ ਏਦਾਂ ਮੈਂ ਦੀ ਕਰਦਾ ਔਲਾ ਘਿੰਦ ਕੇ ਦੇਖ ਜਿਵੇਂ ਮੈਂ ਅਕਬਰ ਵਦਾ ਲੜਦਾ ਹੈ ਬਾਬਾ ਅਲੀ ਇੰਜੇ ਲੜਦਾ ਲੇਕਿਨ ਫਰਕ ਹੀ ਹੋਇਆ ਬਾਬਾ ਪਾਣੀ ਦੁਨੀਆ ਦਾ ਕੋਈ ਗਮ ਨਾ ਦੇਖੋ ਬਾਬਾ ਪੁੱਤਰ ਜੀਵਨੀ ਉਹ ਜਵਾਨੀ ਜਵਾਨੀ ਜਵਾਨ ਜਵਾਨੀ ਮਾਣੇ ਕੁਰਾਨ ਦੀ ਕਸਮ ਹੈ ਬਹੁ ਔਖਾ ਹੈ ਮੈਂ ਭਾਈ ਜਾਨ ਔਖੀ ਸਤਰਾ ਪੜੂ ਜਿਹੜੀ ਮੁਸ਼ਕਿਲ ਹੈ ਮੈਂ ਉਹ ਪੜਨਾ ਚਾਹਦਾ ਬਹੁ ਔਖਾ ਹੈ ਕਦੀ ਸੱਜੇ ਟੁਰ ਵੰਜੇ ਕਦੀ ਖੱਬੇ ਕਦੀ ਸੱਜੇ ਕਦੀ ਖੱਬੇ ਅੱਲਾਹੁ ਅਕਬਰ ਅੱਲਾਹੁ ਅਕਬਰ ਮੇਰਾ ਭਾਈ ਆਦਾ ਫਕੀਰ ਵਾਲਾ ਵਾਕਿਆ ਮੈਂ ਆਦਾ ਆ ਫਕੀਰ ਦਾ ਵਾਕਿਆ ਤੂੰ ਪੜ ਸ਼ਬੀਰ ਪੁੱਛਦੇ ਨਾ ਮੈਂ ਲੱਭਦਾ ਮੈਨੂੰ ਅਕਬਰ ਨਜ਼ਰ ਨਹੀਂ ਆਉਂਦਾ ਇੰਨੇ ਸ਼ਬੀਰ ਟਿੱਬਿਆਂ ਤੇ ਚੜਦਾ ਮੈਂ ਇੱਕ ਫਕੀਰ ਜਿਹੜਾ ਸਰ ਚ ਕਾਸਾ ਮਾਰ ਕੇ ਆਦਾ ਉਜਾੜੇ ਮਲਾਏ ਆਇਆ ਪੀਣਾ ਤੇ ਦੱਸਿਆ ਮੈਂ ਬੜੀ ਦੂਰ ਤੋਂ ਪਾਣੀ ਗਿਣ ਕੇ ਆਇਆ ਸ਼ਬੀਰਾ ਦਾ ਫਕੀਰਾ ਤੂੰ ਵੀ ਕੋਈ ਜਵਾਨ ਮਰਾਈ ਵਤਾ ਫਕੀਰਾ ਦਾ ਮੈਂ ਨਹੀਂ ਮਰਾਇਆ ਮੈਨੂੰ ਦੱਸ ਤੂੰ ਕੌਣ ਹੈ ਸੈਯਦਾ ਦਾ ਮੁਸਲਮਾਨ ਆਦਾ ਜਿਹਦਾ ਕਲਮਾ ਪੜਦਾ ਉਹਨੂੰ ਜਾਣ ਲੈ ਜਿਹਦਾ ਕਲਮਾ ਪੜਦਾ ਉਸਨੂੰ ਜਾਣ ਲੈ ਸ਼ਬੀਰ ਫਰਮੈਨ ਡਾਡਾ ਜਾਣਦਾ ਮੁਹੰਮਦ ਉਸਦਾ ਨਾਮ ਹੈ ਮੈਂ ਤੈਨੂੰ ਥੋੜੀ ਦੇਰ ਪਹਿਲੇ ਆਵੇ ਆ ਮੈਂ ਮਦੀਨੇ ਵਾਲਾ ਮੁਹੰਮਦ ਤੈਨੂੰ ਲੜਦਾ ਵਿਖਾਵਾ ਸਮਾਨ ਘੋੜਾ ਸ਼ਬੀਰਾ ਦਿਨ ਮੈਂ ਸਵਾਰ ਕਰਾਇਆ ਹੈ ਆਦਾ ਮੈਂ ਨਹੀਂ ਮੰਨਦਾ ਕੋਈ ਹੋਰ ਨਿਸ਼ਾਨੀ ਗੁਲਾਬੀ ਪੱਗ ਰੋਕਿਆ ਦਾ ਪਾਸ ਮੈਂ ਸਫੇਦ ਬਣਾਈ ਆਈ ਕੋਈ ਹੋਰ ਨਿਸ਼ਾਨੀ ਫਕੀਰਾ ਦਾ ਦਲੇਰ ਬੜਾਈ ਸੋਹਣਾ ਬੜਾਈ ਆਦਾ ਤੇਰੇ ਤੇ ਕਿਹੜੀ ਸਖਾਵਤ ਕਰ ਗਈ ਆਦਾ ਦੂਜੇ ਟਿੱਬੇ ਤੇ ਹਮਲੇ ਤੇ ਜੁੜਿਆ ਮੇਰੇ ਕਰੀਬ ਤੋਂ ਲੰਘੇ ਇਹਦੇ ਪੈਰ ਤੇ ਮੇਰੀ ਨਜ਼ਰ ਪੈ ਗਈ ਮੈਂ ਕਿਹਾ ਤੇਰਾ ਪੈਰ ਬੜਾ ਸੋਹਣਾ ਮੈਨੂੰ ਮੂੰਹ ਵਿਖਾ ਫਕੀਰਾ ਦਾ ਮੈਂ ਬਹਿ ਗਿਆ ਦੂਜੇ ਹਮਲੇ ਤੇ ਮੈਨੂੰ ਜਾਫਰ ਤਿਆਰ ਨਜ਼ਰ ਆਇਆ ਤੀਜੇ ਹਮਲੇ ਤੇ ਮੈਨੂੰ ਹੈਦਰ ਕਰਾਰ ਨਜ਼ਰ ਆਇਆ ਆਦਾ ਚੌਥੇ ਹਮਲੇ ਤੇ ਵਲੇ ਇੱਕ ਮੁਕਾਬਲਾ ਹਾ ਕੇ ਆਦਾ ਤੂੰ ਤੇ ਰੱਜ ਕੇ ਵੇਖ ਮੇਰੀ ਵੇਖਣ ਵਾਲੀ ਮਦੀਨੇ ਸਦਕੇ ਜਾਵਾਂ ਰੱਜ ਕੇ ਵੇਖ ਮੇਰੀ ਵੇਖਣ ਵਾਲੀ ਮਦੀਨੇ ਲੈ ਗਈ ਆਦਾ ਓ ਮੀਰਾ ਮੈਂ ਸਦਕੇ ਜਾਵਾਂ
ਜਾਂਦਾ। ਸ਼ਬੀ ਫਕੀਰਾ ਦਾ ਤੂੰ ਪਹਿਲਾ ਸਵਾਲ ਕੀਤਾ, ਤੇਰੀ ਦਾੜੀ ਕਾਲੀ ਆਈ, ਤੂੰ ਪੁੱਤਰ ਦੇ ਮੂੰਹ ਤੋਂ ਮੂੰਹ ਚਾਇਆ, ਤੇਰੀ ਦਾੜੀ ਰੰਗ ਬਦਲਾ ਗਈ। ਜ਼ਿੰਦਗੀ ਆਉਣੀ ਮੌਲਾ ਰੰਗ ਲਾਵੀ, ਸੈਯਦਾ ਦੁਆ ਪਿਆ ਕਰੇ ਨਾ, ਸੋਹਣਾ ਹਿੱਸਾ ਪੜਿਆ ਈ ਜਿਹੜੀਆਂ ਸਤਰਾਂ ਮੈਂ ਪੜ੍ਹਨ ਲੱਗਾ ਇਹ ਮੌਤ। ਇਮਾਮ ਮੈਂ ਫਕੀਰ ਕੋਲ ਪੁੱਛੇ, ਫਕੀਰ ਕੋਲ ਪੁੱਛਿਆ, ਜਦੋਂ ਇਮਾਮ ਪੁੱਤਰ ਦੇ ਕੋਲ ਆਏ ਤੇ ਅਲੀ ਅਕਬਰ ਤੜਪਦਾ ਪਿਆ, ਇਮਾਮ ਦੀ ਕਿਹੜੀ ਹਾਲਤ ਆਈ? ਫਕੀਰ ਆਦੇ ਕਮਰ ਸਿੱਧੀ ਆਈ, ਹੁਸੈਨ ਪੁੱਤਰ ਨੂੰ ਤੜਪਦਾ ਦਿੱਠਾ ਤੇ ਦੁਆ ਦੇ ਹੱਥ ਚ, ਅੱਲਾਹ ਮੇਰੀ ਕੁਰਬਾਨੀ ਕਬੂਲ ਕਰੇ, ਮੈਂ ਆਪਣਾ ਸੋਹਣਾ ਅਕਬਰ ਦੇ ਛੁੜਿਆ, ਦੇਖ ਮੇਰੀ ਅੱਖੀ ਤੇ ਪੱਟੀ ਕੋਈ ਨਹੀਂ, ਦੇਖ ਮੇਰੇ ਅਕਬਰ ਦੇ ਹੱਥਾਂ ਤੇ ਪੈਰਾਂ ਚ ਰੱਸੀ ਕੋਈ ਨਹੀਂ, ਤੜਪਦਾ ਪੀ ਹੈ। ਅੱਲਾਹ ਤੇਰੇ ਰਾਤ ਦਿੱਤਾ, ਆਖੇ ਤਾਂ ਮਿਲਣ ਵੰਨਿਆ ਉਸ ਮੈਨੂੰ ਸੜੇ, ਆਖੇ ਤਖੇ ਮੈਂ ਅੱਲਾ ਗੈਬ ਤੋਂ ਵਾਲਈਏ, ਜੋ ਮਨਵਾਵਣਾ ਹੀ ਮਨਵਾ, ਤੂੰ ਸਾਬਰਾਂ ਦਾ ਸੁਲਤਾਨ, ਜੋ ਮਨਵਾਵਣਾ ਹੀ ਮਨਵਾ, ਪੁੱਤਰ ਸਮਝ ਕੇ ਨੇਵੇਂ ਦਾ ਤਾਂ ਸ਼ਹੀਦ ਸਮਝ ਕੇ ਲਗਾਵਾਂ, ਹੁਣ ਜਿਗਰ ਹੀ ਤਾਂ ਬਰਦਾਸ਼ਤ ਕਰੇ ਮੇਰਾ ਇਮਾਮ, ਪੁੱਤਰ ਦੇ ਸਿਰਾਂ ਦੇ ਦੋਵੇਂ ਹੱਥ ਮੱਥੇ ਤੇ ਲੈਣ, ਅਖਬਾਰ ਬੁੱਢੜੇ ਪਿਓ ਦਾ ਸਲਾਮ, ਜਿਹੜਾ ਲਫ਼ਜ਼ ਮੈਂ ਹੁਣ ਪਿਆ ਪੜਦਾ, ਕੋਈ ਇਤਰਾਜ਼ ਨਾ ਕਰੀ, ਕੋਈ ਮੰਜ਼ਰ ਮੈਂ ਡਿੱਠੋ ਹੈ, ਮੈਂ ਦੁਆ ਮੰਗਦਾ ਜ਼ਹਰਾ ਦਾ ਜਨ ਇੱਕ ਵਾਰੀ ਅਕਬਰ ਦਿਖਾ, ਮੈਂ ਡਿੱਠਾ ਤਾਂ ਕਿਵੇਂ ਡਿੱਠਾ, ਖੱਬਾ ਹੱਥ ਛਾਤੀ ਤੇ ਸੱਜਾ ਜ਼ਮੀਨ ਤੇ, ਕੰਬਦੋਇਆ ਸੱਜਾ ਹੱਥ ਅਲੀ ਅਕਬਰ ਪੇਸ਼ਾਨੀ ਤੇ ਲੈ, ਬਾਬਾ ਮੇਰੇ ਹੀ ਸਲਾਮ, ਸੈਯਦਾ ਦਸ਼ਾਲਾ ਗਰੀਬ ਹੀ ਕੋਈ ਨਾ ਹੋਏ, ਜਦੋਂ ਅੱਗੇ ਸਲਾਮ ਦਿੰਦਾ ਦੋਵੇਂ ਹੱਥ ਮੱਥੇ ਤੇ ਰੱਖਦਾ, ਅੱਜ ਇੱਕ ਹੱਥ ਨਾਲ ਸਲਾਮ, ਅਲੀ ਅਕਬਰ ਦਾ ਬਾਬਾ ਦੂਏ ਹੱਥ ਦੇ ਥੱਲੇ ਉਹ ਸ਼ਾਇ ਛੁਪਾਈ ਪਿਆ, ਜਿਹੜੀ ਬੁਢੜਾ ਪਿਓ ਨਹੀਂ ਦੇਖ ਸਕਦਾ, ਬਾਬਾ ਤੂੰ ਜ਼ਈਫ ਹੈ ਮੈਂ ਜਵਾਨ, ਸੈਯਦਾ ਦਾ ਅਕਬਰ ਤੂੰ ਜਵਾਨ, ਮੈਂ ਡੋ ਦੇਖ ਮੈਂ ਇਮਾਮ, ਅਕਬਰ ਜੈ ਬਰਛੀ ਮਾਰੀ ਆਈ ਕੱਢੀ ਨਹੀਂ, ਬਾਬਾ ਤੇਰੀ ਕਸਮ ਹੈ ਕੱਢਣ ਦੀ ਬਜਾਏ, ਮੇਰੇ ਸੀਨੇ ਤੇ ਖੜ ਕੇ ਤੁਰੇ ਦੇ ਰਹਿਣ, ਇੱਕਾ ਦਾ ਹੀ ਕੱਢ ਲਏ, ਦੂਸਰਾ ਦਾ ਹੀ ਦੇਖ ਲੈ, ਹੁਸੈਨ ਕਿਹੜਾ ਸਾਬਰੇ, ਇਮਾਮ ਫਰਮਾਏ ਦਿਨ ਮੈਂ ਦਾ ਸਬਰ ਵੇ ਦਿਨ, ਆ ਬਾਬਾ ਤੇਰਾ ਸਬਰ ਵੇ ਦਿਨ, ਇਮਾਮ ਨੇ ਆਸਤੀ ਨਾ ਉਲਟੀਆਂ, ਤੁਸਾਂ ਬਰਦਾਸ਼ਤ ਨਹੀਂ ਕਰਨਾ, ਤੁਸਾਂ ਮੋਮਿਨ ਹੋ, ਸ਼ੀਆ ਹੋ, ਤੁਹਾਡੇ ਅੰਦਰ ਗੋਸ਼ ਦਾ ਦਿਲ ਹੈ, ਪੱਥਰ ਨਹੀਂ, ਉਸ ਦਿਲ ਦੇ ਵਿੱਚ ਕਬਰੇ ਹੁਸੈਨ ਹੈ, ਇਮਾਮ ਨੇ ਆਸਤੀ ਨਾ ਉਲਟੀਆਂ ਕੀਤੀਆਂ, ਸੈਯਦਾ ਦਾ ਸਬਰ ਦਿਖਾਵਾਂ, ਮੇਰੀ ਮਾਂ ਬਤੂਲ ਹੈ, ਅਲੀ ਅਕਬਰਾ ਦਾ ਹਾਜ਼ਰਾ ਮੇਰੀ ਵੀ ਨਹੀਂ ਲੈ ਲਾ, ਜਿਵੇਂ ਮਰਜ਼ੀ ਆਖੀ ਬਰਛੀ ਕੱਢ, ਮੇਰੇ ਇਮਾਮ ਨੇ ਦੋਵੇਂ ਸਾਨੂੰ ਜ਼ਮੀਨ ਤੇ ਡਿੱਗ ਗਏ, ਇਹ ਮੇਰੇ ਇਮਾਮ ਨੇ ਬਰਛੀ ਹੈ ਜਦ ਮੈਂ ਬਰਛੀ ਨੂੰ ਹਲਾਏ, ਬਰਛੀ ਨਹੀਂ ਹੱਲੀ ਜਵਾਨ ਹੱਲਿਆ, ਜ਼ਮੀਨ ਹੱਲੀ, ਆਸਮਾਨ ਹੱਲਿਆ, ਅਲੀ ਅਕਬਰ ਦੇ ਦੋਵੇਂ ਹੱਥ ਪਿਓ ਦੀ ਡਾਲੀ ਤੇ ਹਨ, ਬਾਬਾ ਇਹ ਬਰਛੀ ਨਹੀਂ ਨਿਕਲਦੀ, ਸੈਯਦਾ ਦੇ ਕਿਉਂ ਨਹੀਂ ਨਿਕਲਦੀ, ਬਾਬਾ ਮੇਰਾ ਭਾਈ ਆਦਾ ਉਨੇ ਪੜ ਜਿਵੇਂ ਹੈ, ਭਾਈ ਸਾਜੇ ਦਾ ਸਹੀ ਉਨੇ ਪੜ ਜਿਵੇਂ ਹੈ, ਅਲੀ ਅਕਬਰ ਦਾ ਬਾਬਾ ਅੱਜ ਦਾਵੀ ਦੀ ਧੰਮੀ ਨੂੰ ਤੁਸਾਂ ਫਰਮਾਇਆ, ਬੁੱਢੜੇ ਪਿਓ ਜਵਾਨ ਪੁੱਤਰਾਂ ਨਾਲ ਸਲਾਹ ਕਰੇ, ਬਾਬਾ ਆਖੋ ਤਾਂ ਹੁਣ ਸਲਾਹ ਦਿਓ, ਸੈਯਦਾ ਦੇ ਸਲਾਹ, ਅਲੀ ਅਕਬਰ ਦਾ ਬਾਬਾ ਬਰਛੀ ਨਹੀਂ ਨਿਕਲਦੀ, ਕਿਉਂ ਨਹੀਂ ਨਿਕਲਦੀ, ਪਿਓ ਦੀ ਡਾਲੀ ਤੇ ਹੱਥ ਲਾ ਕੇ ਬੋਲਾ, ਦੱਸ
सुल्तान बरछी छुट गई पुत्र जो क्या अखी बंद ना कर मैं दिया त्राए भेड़ा दरवाजे दे दिया खड़िया मैं वादा कर मैं जींदा मिले सा अकबर तेन जींदा खेमे न घिन गया मैं दिया भेड़ा मर वैसे मातम करी मातम करी अकबरा दे बाबा भेड़ा बहु प्यारिया नी सैयदा दे भेड़ा होंदिया ही बहु प्यारिया हथ बन गया दे बाबा जी मैं तुहानू प्यारिया न सूरा मैनू बहु प्यारी तुसा हुण वादा कीता है मैं 28 रजब दा वादा कीता है पहले मेरी भेड़ मिला वतनिया भेड़ा नू मिलसा इमाम ने उंगली दराज कीतिया अली अकबर अपनी भेड़ नू मिलिया दिठा बस ये सब छोड़ दिते सैयदा दे हुण बरछी कड्डा बाबा जिवें दिल लई कड्ड वत बरछी छत पाए अली अकबर फिर अखी बंद कीतिया सैयदा दे हुण तां अपनी भेण नूं वेख ली हुण क्यों अखी बंद करे ते रोकिया दे बाबा पुछना चाहुंदा कल्ले हो या कोई देखण आए सैयदा दे आदम तू घिण के नाने मुहम्मद ते सारे नबी टिब्बे ते आ गए बाबा पुछनी ए गल ओ आया है जे हाथ ते पैर च रस्सी बधाई आई आवाज दे ओ आ गए बाबा ओ आया है जे अखां ते पट्टी बधी आई आवाज दे आ गए बाबा उन्हां नू करीब साड ते वत बरछी छत पा ए नबी करीब हैं जनाब हाजा करीब हैं अली अकबर दा बाबा हुण बरछी कद हुण कद जमाना देखण वाले हुण मेरे इमाम ने बरछी च दोवे हाथ पाएन नादे अली पढ़ के इमाम ने नारे तकबीर बुलंद किया अल्लाह अकबर मंदी आले ओ कली बरछी नहीं आई जवान दा जिगर ना लगे नबी टिब्बे तू लहण लग गए आदन अल्लाह हुसैन हो रे हसा हो रे अकबर नु चाह के मेरा मौला टुरी है सीने दे नाल सीने शिकम दे नाल शिकम है जानू दे नाल जानू है मेरा मौला रो के आदा ज़ैनब दे खैमे दे पहुंच दे ताई अख बंद ना करे फकीर ने पैर चाया है शबीर ने पुत्र नु चाया है इन्ने टुरदा आंदा जदा खैमे दे करीब आया सैयदा दे फकीर कंड कर मेरिया बहना बाहर आ गईया शबीर ने पुत्र नु खेमे ने अंदर दराज कीता है अब्बास पैरों ने पास आए मेरे आका दी आवाज है अब्बास तू मेरा जरनैल जरनैल रोंदे नहीं सैयदा दे केड़ी फौज है जिदा मैं जरनैल जदना के केड़ी फौज है जिदा मैं जरनैल अब्बास हुण रोंदा क्यों मैं तेरे वास्ते जुमला पढ़न लगा अब्बास हुण रोंदा क्यों है सैयदा दा रो के याद है इत्थे नहीं सिर दे पासे नहीं तू अकबर दे पैरों दे पासे आ मैं अपने सिपाही दा सिर अपने जानू तेरे शबीर ने अकबर जनाब अब्बास ने अकबर दा सारा अपने जानू च रखे हुण मेरा सवाल कर जहरा दा लाला दा तू मेरा जरनैल रोंदा क्यों सैयदा दा तेनू उन्नी मार मियां जा दे अदा डाडी याद जड़े वे ऐलान हो रहा है कद कोतल अमीर अल मोमिनीन तेरिया बहना दियां ने भज के पता करो केड़े अमीर नु जरब लग गई मैं तलवार चा के मस्जिद च आया तू साख्या चुप साख्या चुप ते मैं चुप कर गया इज्जत आले मेरा मौला रो के आ दे लोग ईद करें दे रहे मेरी भेड़ी पीऊ दा जख्मी मामा चाह के रोनी रही मैं तलवार चाई तू
ਸਾਖਿਆ ਚੁੱਪ ਤੇ ਮੈਂ ਚੁੱਪ ਕਰ ਗਿਆ ਮੇਰਾ ਮੌਲਾ ਰੋ ਕੇ ਯਾਦ ਹਸਨ ਦਾ ਜਨਾਜ਼ਾ ਯਾਦ ਆਈ ਜਦੋਂ ਘਰੋਂ ਜਨਾਜ਼ਾ ਪਵਾ ਕਫਨ ਪਾ ਕੇ ਟੁਰੇ ਪਹਿਲਾ ਤੀਰ ਆਉਣ ਲੱਗਾ ਮੈਨੂੰ ਕਾਸਮਾ ਦਾ ਚਾਚਾ ਜਨਾਜ਼ਾ ਰੱਖ ਤੀਰ ਪੈ ਆਉਂਦੇ ਨੀ ਮੈਂ ਭੱਜ ਕੇ ਘਰ ਆਇਆ ਮੈਂ ਆਪਣੇ ਪਿਓ ਦੀ ਤਲਵਾਰ ਚਾਈ ਮੈਂ ਆਪਣੀ ਮਾਂ ਦੇ ਸਰ ਤੋਂ ਚਾਦਰ ਲਹਾਈ ਚਾਦਰ ਲਹਾ ਕੇ ਮੈਂ ਜ਼ੈਨਬ ਦੇ ਪੈਰਾਂ ਤੇ ਸੱਟ ਕੇ ਆਖਿਆ ਹੁਣ ਹਸਨ ਦਾ ਜਨਾਜ਼ਾ ਤੇਰੀ ਮਾਂ ਆਖੇ ਜੀ ਤੂੰ ਸੰਵਰਮਾਇਆ ਜਿਵੇਂ ਹੁਸੈਨ ਆਖੇ ਕਰ ਮੈਂ ਤਲਵਾਰ ਚਾਈ ਤੂੰ ਸਾਖਿਆ ਇਨਸਾਫ ਨਹੀਂ ਸਾਡੇ ਮੋਏ ਬਿਰਾਦ ਤੀਰ ਪਾ ਚੱਲਦੇ ਤੂੰ ਸਾਖਿਆ ਚੁੱਪ ਤੇ ਮੈਂ ਬੋਲੋ ਚੁੱਪ ਤੇ ਮੈਂ ਚੁੱਪ ਕਰ ਗਿਆ ਮੇਰਾ ਮੌਲਾ ਰੋਕਿਆ ਦੇ 28 ਰਜਬ ਯਾਦ ਆਈ ਭੈਣਾਂ ਨੂੰ ਲੈ ਕੇ ਟੁਰਿਆ ਗੱਲ ਸੁਣਿਆ ਮੰਡੀ ਵਾਲਿਓ ਭੈਣਾਂ ਨੂੰ ਲੈ ਕੇ ਟੁਰਿਆ ਇੱਥੋਂ ਕੀ ਰੱਬਾ ਹਸਨਾਤ ਦਾ ਬੜਾ ਬਹੁਤ ਬੜਾ ਵਖਤ ਹੈ ਇਹ ਅਸਾਂ ਦੋਵੇਂ ਸੈਦ ਮੁਰੀਦ ਸਰਦਾਰ ਤੇ ਨੌਕਰ ਇਕੱਠੇ ਪੜਦੇ ਪਏ ਆ ਅਸਾਂ ਤਾਂ ਇੱਕ ਇੱਕ ਬੰਦਾ ਨਹੀਂ ਮਿਲਦੇ ਪੁੱਛਦੇ ਨੂੰ ਜ਼ਹਿਨ ਮੇਰੇ ਪਾਸੇ ਰਹੇ ਸ਼ਬੀਰ ਸਰਦਾਰ ਦੀ ਆਵਾਜ਼ ਆਈ ਹੁਣ ਕਿਆ ਆਖਣਾ ਚਾਹੁੰਦੇ 28 ਰਜਬ ਤੂੰ ਟੁਰਿਆ ਇੰਝ ਟੁਰਿਆ ਮੁੜ ਕੇ ਡਿੱਠੇ ਇੰਝ ਟੁੜੇ ਵੱਲ ਫਿਰ ਕੇ ਡਿੱਠੇ ਮੈਂ ਆਖਿਆ ਹੁਣ ਛੱਡਿਆ ਜੇ ਹੋਈ ਵੱਲ ਵੱਲ ਕੇਡੇ ਦਾ ਕਿਆ ਹੈ ਹੁਸੈਨ ਆਦਨ ਅੱਬਾਸ ਮਤੇ ਮੇਰੇ ਨਾਨੇ ਦਾ ਕੋਈ ਉਮਤੀ ਆ ਕੇ ਆਖਿਆ ਜਾਣੀ ਤੇ ਟੁਰ ਜਾ ਜ਼ੈਨਬ ਨੂੰ ਰਾਣ ਦੇ ਅੱਬਾਸ ਇੰਜ ਸਰ ਕੇ ਹਰ ਚੀਜ਼ ਸ਼ਬੀਰ ਦੇ ਪੈਰਾਂ ਤੇ ਹੱਥ ਲਾ ਕੇ ਦਾ ਕਸਮ ਚਾਹ ਤੇ ਦੱਸ ਮੈਂ ਤੇਰਾ ਚੰਗਾ ਉਮਤੀ ਨਹੀਂ ਸ਼ਬੀਰ ਆਦਨ ਅੱਬਾਸ ਤੂੰ ਮੇਰੇ ਨਾਨੇ ਦਾ ਉਮਤੀ ਹੈ ਤੇ ਜੇ ਮੈਂ ਤੇਰੇ ਨਾਨੇ ਦਾ ਉਮਤੀ ਹਾਂ ਫਿਰ ਰੁਕਈਆ ਨੂੰ ਲੈ ਚੱਲ ਜ਼ੈਨਬ ਨੂੰ ਰਾਣ ਦੇ ਤੂੰ ਸਾਖਿਆ ਚੁੱਪ ਤੇ ਮੈਂ ਚੁੱਪ ਕਰ ਗਿਆ ਮੇਰਾ ਮੌਲਾ ਰੋ ਕੇ ਯਾਦ ਹੈ 8 ਜ਼ਿਲਾ ਜੇ ਰਾਮ ਥੋੜੇ ਤੂੰ ਸਮੇਂ ਨੂੰ ਆਖਿਆ 4000 ਹਾਜੀ ਬਗਲੇ ਤਲਵਾਰਾਂ ਲੈ ਕੇ ਮੇਰੇ ਕਤਲ ਦਾ ਮਨਸੂਬਾ ਬਣਾਉਂਦੇ ਪੈਣ ਮੈਂ ਸਾਰੀ ਜ਼ਿੰਦਗੀ 'ਚ ਪਹਿਲੀ ਵਾਰੀ ਤੇਰੇ ਸੀਨੇ 'ਤੇ ਹੱਥ ਰੱਖਿਆ ਮੈਂ ਹੱਥ ਰੱਖਿਆ ਕਿ ਨਰਾਲ ਨਾ ਹੋਈ ਮੈਂ 4 ਲੱਖ ਦਾ ਜ਼ਮਾਨਾ ਹੱਜ ਪੜ ਤੂੰ ਸਾਖਿਆ ਚੁੱਪ ਤੇ ਮੈਂ ਚੁੱਪ ਕਰ ਗਿਆ ਮੇਰਾ ਮੌਲਾ ਰੋ ਕੇ ਯਾਦ ਹੈ ਜੀ 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 ਦਾ 4000 ਹੈ ਮੈਂ 4 ਲੱਖ ਦਾ ਲਾਮਨਾ ਤੂੰ ਹੱਜ ਪੜ ਲੈ ਤੂੰ ਸਾਖਿਆ ਚੁੱਪ ਤੇ ਮੈਂ ਚੁੱਪ ਕਰ ਗਿਆ ਮੇਰਾ ਮੌਲਾ ਰੋ ਕੇ ਯਾਦ ਹੈ ਮੰਜ਼ਲੇ ਸ਼ੌਕ ਮੰਜ਼ਲੇ ਸ਼ਰਾਫ ਮੰਜ਼ਲੇ ਸ਼ਰਾਫ ਮੰਜ਼ਲੇ ਸ਼ੌਕ ਮੇਰੀ ਭੈਣ ਦਾ ਘਰ ਉਜੜਦਾ ਰਿਹਾ ਮੈਂ ਤਲਵਾਰ ਚਾਈ ਤੂੰ ਸਾਖਿਆ ਚੁੱਪ ਤੇ ਮੈਂ ਚੁੱਪ ਕਰ ਗਿਆ ਮੇਰਾ ਮੌਲਾ ਰੋ ਕੇ ਯਾਦ ਹੈ ਲੋਕ ਈਦ ਕਰਦੇ ਰਹੇ ਮੇਰੀ ਭੈਣ ਦੇ ਪੁੱਤਰ ਕਾਤਲ ਦੀਆਂ ਮਿੰਨਤਾਂ ਕਰਦੇ ਰਹੇ ਆਖਿਆ ਚੁੱਪ ਤੇ ਮੈਂ ਚੁੱਪ ਕਰ ਗਿਆ ਮੇਰਾ ਮੌਲਾ ਰੋ ਕੇ ਯਾਦ ਹੈ ਮਮੀ ਹੋਵਾਂ ਤੇ ਹੋਰ ਤੇਰੇ ਘੋੜੇ ਦੇ ਜੱਬੂਏ ਚੱਤ ਪਾਵੇ ਮੈਂ ਤਲਵਾਰ ਚਾਹੀ ਤੂੰ ਸਾਖੇ ਨਾ ਮਾਰੀ ਮੇਰਾ ਸਜਰਾ ਮਹਿਮਾਨ ਹੈ ਮੇਰਾ ਮੌਲਾ ਦਾ ਮੈਂ ਤੂੰ ਸਾਖੇ ਚੁੱਪ ਤੇ ਮੈਂ ਚੁੱਪ ਕਰ ਗਿਆ ਮੇਰਾ ਆਖਿਆ ਰੋ ਕੇ ਯਾਦ ਹੈ ਫਿਰ ਕਿਆ ਹੋਇਆ ਪਾਣੀ ਬੰਦ ਹੋਇਆ ਮੈਂ ਤਲਵਾਰ ਚਾਹੀ ਤੂੰ ਸਾਖੇ ਚੁੱਪ ਤੇ ਮੈਂ ਚੁੱਪ ਕਰ ਗਿਆ ਮੇਰੀ ਜ਼ਿੰਦਗੀ ਸਿਮਰ ਨੇ ਆ ਕੇ ਜ਼ੈਨਬ ਦੇ ਖੇਮੇ ਦੇ ਕਰੀਬ ਆਖਿਆ ਖੇਮੇ ਪੱਟ ਲਓ ਮੈਂ ਤਲਵਾਰ ਚਾਹੀ ਤੂੰ ਸਾਖੇ ਲੜਨਾ ਨਹੀਂ ਮੈਂ ਚੁੱਪ ਕਰ ਗਿਆ ਹੁਣ ਕਿਆ ਆਖਣਾ ਚਾਹੁੰਦੇ ਹੁਣ ਤੇ ਮੇਰਾ ਅਕਬਰ ਹੀ ਮਾਰਾ ਗਿਆ ਸ਼ਬੀਰ ਦਾ ਵੀਰ ਉੱਠਿਆ ਰੋਕਿਆ ਦੇ ਕਿਹੜਾ ਮੁੱਲ ਪਾਈ ਅੱਗੇ ਅਕਬਰ ਦਾ ਹੁਣ ਗਾਜ਼ੀ ਨੂੰ ਅਜ਼ਮਾ ਲਈ ਬਿਸਮਿਲਲਾ ਇਹ ਕਿਆ ਹੈ ਇਹ ਸਭ ਕਸਦ ਆ ਹੈ ਅੱਛਾ ਇਹਨਾਂ ਦੀ ਤਰਫੋਂ ਮੇਰਾ ਭਾਈ ਯਾਦ ਆਏ ਭੈਣਾਂ ਪਵੈਂਦੀਆਂ ਫਿਰਾਵਾਂ ਨੂੰ ਇਹ ਅਲੀ ਅਕਬਰ ਵਾਸਤੇ ਸੁਰਾ ਕਿਸਲੇ ਭੇਜਿਆ ਜਦੋਂ ਅਲੀ ਅਕਬਰ ਦੇ ਸੀਨੇ ਚ ਬਰਛੀ ਕੱਢੀ ਏ ਮੇਰੇ ਇਮਾਮ ਨੇ ਮਿਲਿਆ ਖਤ ਸ਼ਬੀਰ ਘੁੰਮਕ ਤਲ ਵਿੱਚ ਸਾਲ ਦੀ ਬੁਢੜੀ ਹੱਥ ਰੱਖ ਕੇ
ਬਿਸਮਿਲਾ ਆਦਾ ਪਿਆ ਜਾਂਦਾ ਆਪਣਾ ਪੁੱਤਰ ਜਵਾਨ ਹੋਵੇ ਓ ਨਤ ਆਦਾ ਜ਼ਾਤ ਖੁਦਾ ਕੋ ਪੁੱਤਰ ਜਵਾਨ ਦੀ ਮੌਤ ਦਾ ਸਦਮਾ ਜਬ ਲਾਸ਼ ਤੜਪਤੀ ਦੇਖੀ ਸ਼ਬੀਰ ਨੇ ਅਕਬਰ ਕੀ ਜਬ ਲਾਸ਼ ਤੜਪਤੀ ਦੇਖੀ ਸ਼ਬੀਰ ਨੇ ਅਕਬਰ ਕੀ ਜਬ ਲਾਸ਼ ਤੜਪਤੀ ਦੇਖੀ ਸ਼ਬੀਰ ਨੇ ਅਕਬਰ ਕੀ ਜਬ ਲਾਸ਼ ਤੜਪਤੀ ਦੇਖੀ ਸ਼ਬੀਰ ਜਬ ਲਾਸ਼ ਤੜਪਤੀ ਦੇਖੀ ਸ਼ਬੀਰ ਨੇ ਅਕਬਰ ਕੀ 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 ਜਬ ਲਾਸ਼ ਤੜਪਤੀ ਦੇਖੀ ਸਲਵਾਤ ਕੋ ਨਾਲ ਫਰਮੈਸਨ ਅੱਜ ਦੀ ਮਜਲਿਸ ਦੀ ਰਿਕਾਰਡਿੰਗ ਇਸ ਇਲਾਕੇ ਦੀ ਤਮਾਮ ਸੀਡੀ ਰਿਕਾਰਡਿੰਗ ਔਰ ਪੰਜਾਬ ਭਰ ਦੀ ਮਜਾਲਿਸ ਦੀ ਰਿਕਾਰਡਿੰਗ ਆਲੇ ਮੁਹੰਮਦ ਸੀਡੀ ਸੈਂਟਰ ਗਲੀ ਦਾਰੁਲ ਉਲੂਮ ਮੁਹੰਮਦੀਆ ਬਲਾਕ ਨੰਬਰ 19 ਸਰਗੋਧਾ ਚੋਂ ਮਿਲ ਸਕਦੀ ਹੈ ਸਲਵਾਤ ਬਾਰ ਮੁਹੰਮਦ ਵਾਲੇ ਮੁਹੰਮਦ ਅੱਲਾਹੁਮਾ ਸੱਲ ਅਲਾ ਮੁਹੰਮਦ ਸੱਲ ਅਲਾ ਮੁਹੰਮਦ